ਬਿਨਾ ਬਾਹਾਂ ਦੇ ਪੂਰੀ ਮੁਹਾਰਤ ਨਾਲ ਕਾਰ ਚਲਾ ਰਿਹਾ ਹੈ ਇਹ ਸਿੱਖ ਪੈਰਾਥਲੀਟ ਚਨਦੀਪ ਸਿੰਘ ਹੈ ਅਤੇ ਖੇਡਾਂ ਦੇ ਮੈਦਾਨ 'ਚ ਵੱਡੀਆਂ ਮੱਲਾਂ ਮਾਰ ਰਿਹਾ ਹੈ ਪੈਰਾਥਲੀਟ ਸਾਡੇ ਮੁਲਕ ਦੇ ਸਿਸਟਮ ਤੋਂ ਹਾਰ ਗਿਆ ਹੈ ਪੈਰਾਂ ਦੇ ਨਾਲ ਕਾਰ ਨੂੰ ਚਲਾਉਣ 'ਚ ਉਹ ਮਾਹਿਰ ਹੈ ਉਹ ਡਰਾਈਵਿੰਗ ਲਾਇਸੈਂਸ ਹਾਸਲ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਖੱਜਲ ਖਵਾਰ ਹੋ ਰਿਹਾ ਹੈ ਪਰ ਕਿਤੇ ਕੋਈ ਸੁਣਵਾਈ ਨਹੀਂ ਆਰਟੀਓ ਜੰਮੂ ਦੇ ਗੇੜੇ ਮਾਰ-ਮਾਰ ਕੇ ਪਰੇਸ਼ਾਨ ਹੈ ਉਲਟਾ ਆਰਟੀਓ ਜੰਮੂ ਵੱਲੋਂ ਬਤਮੀਜ਼ੀ ਕੀਤੀ ਗਈ ਉਹਨਾਂ ਵੱਲੋਂ ਦੱਸੀ ਹਰ ਸ਼ਰਤ ਪੂਰੀ ਕਰਨ ਦੇ ਬਾਵਜੂਦ ਉਸ ਨੂੰ ਲਾਇਸੈਂਸ ਦੇਣ ਤੋਂ ਇਹ ਕਹਿੰਦਿਆਂ ਸਾਫ਼ ਮਨਾ ਕਰ ਦਿੱਤਾ ਗਿਆ ਕਿ ਉਹ ਹੈਂਡੀਕੈਪ ਹੈ ਅਤੇ ਮੈਂ ਕਿਸੇ ਹੈਂਡੀਕੈਪ ਨੂੰ ਡਰਾਈਵਿੰਗ ਲਾਇਸੈਂਸ ਨਹੀਂ ਦੇ ਸਕਦਾ ਚੰਨਦੀਪ ਸਿੰਘ ਪਰੇਸ਼ਾਨ ਹੈ ਅਤੇ ਆਪਣੀ ਪਰੇਸ਼ਾਨੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਉਸ ਵੱਲੋਂ ਲਿਖਿਆ ਇੱਕ ਇੱਕ ਸ਼ਬਦ ਚੀਕ ਚੀਕ ਕੇ ਸਿਸਟਮ ਤੋਂ ਸਵਾਲ ਪੁੱਛ ਰਿਹਾ ਹੈ ਕਿ ਉਸ ਨਾਲ ਅਜਿਹਾ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ Facebook ਤੇ ਪੂਰੀ ਮੁਹਾਰਤ ਨਾਲ ਕਾਰ ਚਲਾਉਣ ਦੀ ਵੀਡੀਓ ਸਾਂਝੀ ਕਰ ਉਸਨੇ ਗੁਹਾਰ ਲਾਈ ਹੈ ਕਿ ਲੋਕ ਖੁਦ ਵੇਖਣ ਮੈਂ ਕਾਰ ਚਲਾਉਣ ਵਿੱਚ ਪੂਰੀ ਤਰ੍ਹਾਂ ਸਮਰੱਥ ਹਾਂ ਪਰ ਮੈਨੂੰ ਡਰਾਈਵਿੰਗ ਲਾਇਸੈਂਸ ਨਹੀਂ ਮਿਲ ਰਿਹਾ ਕਾਨੂੰਨ ਮੁਤਾਬਕ ਮੈਂ ਲਾਇਸੈਂਸ ਲੈਣ ਦਾ ਹੱਕਦਾਰ ਹਾਂ ਪਰ ਆਰਟੀਓ ਜੰਮੂ ਇਸ ਤੋਂ ਸਾਫ਼ ਤੌਰ ਤੇ ਮਨਾਂ ਕਰ ਰਿਹਾ ਹੈ ਉਸ ਦਾ ਕਹਿਣਾ ਹੈ ਕਿ ਡਰਾਈਵਿੰਗ ਲਾਇਸੈਂਸ ਲਈ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਮੈਂ ਜੰਮੂ ਆਰਟੀਓ ਦਫ਼ਤਰ ਗਿਆ ਉਹਨਾਂ ਨੇ ਪਹਿਲਾਂ ਬੋਲਿਆ ਕਿ ਮੈਂ ਮੈਡੀਕਲ ਸਰਟੀਫਿਕੇਟ ਲੈ ਕੇ ਆਵਾਂ ਤੇ ਮੈਂ ਤੈਨੂੰ ਲਰਨਿੰਗ ਲਾਇਸੈਂਸ ਦੇ ਦੇਵਾਂਗਾ ਫਿਰ ਮੈਂ ਮੈਡੀਕਲ ਸਰਟੀਫਿਕੇਟ ਲੈ ਕੇ ਗਿਆ ਇਸ ਦੇ ਬਾਵਜੂਦ ਉਸ ਨੇ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਮੈਡੀਕਲ ਬੋਰਡ ਤੋਂ ਲਿਖਵਾ ਕੇ ਲਿਆਓ ਮੈਡੀਕਲ ਬੋਰਡ ਤੋਂ ਸਰਟੀਫਿਕੇਟ ਲੈ ਮੈਂ ਫਿਰ ਉਸ ਕੋਲ ਗਿਆ ਪਰ ਉਸਨੇ ਫਿਰ ਮਨਾ ਕਰ ਦਿੱਤਾ ਉਸ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਮੈਂ ਉਸ ਨੂੰ ਲੈਟਰ ਵੀ ਲਿਖਿਆ ਲਾਇਸੈਂਸ ਟ੍ਰਾਇਲ ਲਈ 7 ਅਗਸਤ ਨੂੰ ਮੇਲ ਵੀ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ ਤਾਂ ਮੈਂ 11 ਅਗਸਤ ਨੂੰ ਆਰਟੀਓ ਦਫ਼ਤਰ ਜਾ ਕੇ ਉਸ ਨੂੰ ਮਿਲਿਆ ਤਾਂ ਉਸਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਉਸ ਦਾ ਜਵਾਬ ਸੀ ਕਿ ਮੈਨੂੰ ਵਾਰ-ਵਾਰ ਆ ਕੇ ਪਰੇਸ਼ਾਨ ਨਾ ਕਰੋ ਉਸ ਦਾ ਜਵਾਬ ਸੀ ਕਿ ਮੈਂ ਹੈਂਡੀਕੈਪ ਨੂੰ ਲਾਇਸੈਂਸ ਨਹੀਂ ਦੇਵਾਂਗਾ ਇੱਥੋਂ ਚਲੇ ਜਾਵੋ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਰਿਫਿਊਜ਼ਲ ਦੀ ਵਜ੍ਹਾ ਲਿਖ ਕੇ ਮੈਨੂੰ ਦੇ ਦੇਵੋ ਪਰ ਇਹ ਵੀ ਉਹਨਾਂ ਨੇ ਮੈਨੂੰ ਨਹੀਂ ਦਿੱਤੀ ਹਰ ਕਿਸੇ ਨੂੰ ਬਰਾਬਰ ਅਧਿਕਾਰ ਹਨ ਤਾਂ ਮੈਨੂੰ ਇਹਨਾਂ ਅਧਿਕਾਰਾਂ ਤੋਂ ਮਹਿਰੂਮ ਕਿਉਂ ਰੱਖਿਆ ਜਾ ਰਿਹਾ ਹੈ ਉਸਨੇ ਸੋਸ਼ਲ ਮੀਡੀਆ ਤੇ ਲੋਕਾਂ ਤੋਂ ਇਸ ਤੇ ਉਹਨਾਂ ਦੀ ਰਾਏ ਪੁੱਛੀ ਹੈ ਕਿ ਉਸ ਨਾਲ ਜੋ ਵੀ ਤੱਕੇਸ਼ਾਈ ਹੋਈ ਹੈ ਜਾਂ ਉਸ ਨੂੰ ਜੋ ਵੀ ਖਦਲਖਵਾਰੀ ਹੋਈ ਹੈ ਉਸ ਬਾਰੇ ਉਹ ਕੀ ਰਾਏ ਰੱਖਦੇ ਹਨ ਮੁਲਕ ਦਾ ਪ੍ਰਧਾਨ ਮੰਤਰੀ ਸਰੀਰਕ ਤੌਰ ਤੇ ਅਸਮਰਥ ਲੋਕਾਂ ਨੂੰ ਦਿਵਿਆਂਗ ਸ਼ਬਦ ਨਾਲ ਨਿਵਾਜਦਾ ਹੈ ਪਰ ਮੁਲਕ ਦੇ ਅੰਦਰ ਇਹਨਾਂ ਦਿਵਿਆਂਗਾਂ ਨਾਲ ਕੀ ਸਲੂਕ ਹੋ ਰਿਹਾ ਹੈ ਉਹਨਾਂ ਨੂੰ ਬਿਆਨ ਕਰ ਰਿਹਾ ਇਹ ਮਾਮਲਾ ਇੱਕ ਪੈਰਾ ਐਥਲੀਟ ਨਾਲ ਜੁੜਿਆ ਹੈ ਸਰੀਰਕ ਤੌਰ ਤੇ ਅਸਮਰਥ ਹੋਣ ਦੇ ਬਾਵਜੂਦ ਇਹ ਪੈਰਾ ਐਥਲੀਟ ਖੇਡ ਦੇ ਮੈਦਾਨ ਚ ਝੰਡੇ ਗੱਡ ਰਿਹਾ ਹੈ ਮੁਲਕ ਦਾ ਨਾਮ ਕੌਮੀ ਪੱਧਰ ਤੇ ਚਮਕਾਉਣ ਲੱਗਾ ਹੈ ਪਰ ਸਿਸਟਮ ਤੋਂ ਥੱਕ ਹਾਰ ਚੁੱਕਾ ਹੈ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ